ਪਿਛਲੇ ਦਿਨੀ ਸਾਨੂੰ ਆਪਣੀਆਂ ਸੰਵਿਧਾਨਕ ਜ਼ਿੰਮੇਵਾਰੀਆਂ ਨਿਭਾਉਣ 'ਚ ਥੋੜੀ ਜਿਹੀ ਦਿੱਕਤ ਆਈ ਅਸੀਂ ਮਾਨਯੋਗ ਸੁਪਰੀਮ ਕੋਰਟ ਗਏ ਮਾਨਯੋਗ ਸੁਪਰੀਮ ਕੋਰਟ ਨੇ ਫੈਸਲਾ ਹੱਕ 'ਚ ਸੁਣਾਇਆ ਕਿ ਲੋਕਾਂ ਦੇ ਚੁਣੇ ਹੋਏ ਜਿਹੜੇ ਨੁਮਾਇੰਦੇ ਨੇ ਉਹੀ ਫੈਸਲੇ ਲੈਣਗੇ ਤੇ ਕੱਲ ਨੂੰ 28 ਤਰੀਕ ਨੂੰ ਸਰਦ ਰੁੱਤ ਦਾ ਆਪਣਾ ਵਿਧਾਨ ਸਭਾ ਦਾ ਸੈਸ਼ਨ ਹੈ ਲਾਈਵ ਸੈਸ਼ਨ ਹੋਊਗਾ ਜਰੂਰ ਦੇਖਿਓ ਤੁਹਾਡੇ ਚੁਣੇ ਹੋਏ ਬੰਦੇ ਉੱਥੇ ਜਾ ਕੇ ਤੁਹਾਡੇ ਸਵਾਲ ਕਰਦੇ ਆ ਤੁਹਾਡੀਆਂ ਮੁਸ਼ਕਲਾਂ ਨੂੰ ਠਾਉਂਦੇ ਆ ਜਾਂ ਨਹੀਂ ਜਰੂਰ ਦੇਖਿਓ ਕਿਉਂਕਿ ਇਹੀ ਲੋਕਤੰਤਰ ਹੈ ਕਿ ਜਿਹੜੇ ਲੱਖਾਂ ਲੋਕਾਂ ਨੇ ਲਾਈਨਾਂ 'ਚ ਖੜ ਕੇ ਚੁਣੇ ਨੇ ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਹੈ ਬੋਲਣ ਦਾ ਤੇ ਬੋਲਣ ਦਾ ਆਪਣੇ ਹਲਕੇ ਬਾਰੇ ਆਪਣੇ ਇਲਾਕੇ ਬਾਰੇ ਮੁਸ਼ਕਲਾਂ ਬਾਰੇ ਸੋ ਉੱਥੇ ਸਾਰਾ ਕੁਝ ਰਿਕਾਰਡ ਤੇ ਜਾਂਦਾ ਹੈ ਇਸ ਕਰਕੇ ਸਾਰੇ ਮੈਂ ਜਿੰਨੇ ਵੀ ਦੁਨੀਆ ਭਰ ਦੇ ਲੋਕ ਹੈ ਮੇਰੇ ਕੋਲ ਫੋਨ ਆਉਂਦੇ ਰਹਿੰਦੇ ਆ ਕਹਿੰਦੇ ਜੀ ਟਰੱਕ ਰੋਕ ਕੇ ਅਸੀਂ ਵਿਧਾਨ ਸਭਾ ਦਾ ਸੈਸ਼ਨ ਸੁਣਨ ਲੱਗ ਗਏ ਕਿਉਂਕਿ ਪਹਿਲਾਂ ਤਾਂ ਲਾਈਵ ਆਉਂਦਾ ਨਹੀਂ ਸੀ ਆਪਾਂ ਨੂੰ ਪਤਾ ਹੀ ਨਹੀਂ ਸੀ ਅੰਦਰੋਂ ਕੀ ਕਰੀ ਜਾਂਦੇ ਆ ਹੁਣ ਸਾਰਾ ਕੁਝ ਲਾਈਵ ਹੈ